ਦੇਖੋ ਅੱਜ ਕੱਲ ਸਭ ਨੂੰ ਸਰਜਰੀ ਹੀ ਸੁਜੈਸਟ ਕਰਦੇ ਆ, ਜੋ ਵੀ ਮਤਲਬ ਸਰਜਰੀ ਕਹੀ ਜਾਂਦੀ ਕਿ ਇਹਦਾ ਹੱਲ ਆਪਰੇਟ ਹੀ ਹੈ, ਹੋਰ ਇਸਦਾ ਹੱਲ ਹੋਰ ਕੋਈ ਨਹੀਂ। ਪਰ ਆਪਣੀ ਹੋਮਿਓਪੈਥੀ ਵਿੱਚ ਇਹਦਾ ਬਹੁਤ ਵਧੀਆ ਬੈਟਰ ਇਲਾਜ ਹੈਗਾ। ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਭਾਰ ਪੈਣ ਦੀ ਪ੍ਰੋਬਲਮ ਤੋਂ ਛੁਟਕਾਰਾ ਪਾ ਚੁੱਕੇ ਆ ਆਪਣੀ ਕਲੀਨਿਕ ਤੋਂ ਮੈਡੀਸਿਨ ਖਾ ਕੇ। ਬਾਕੀ ਹੋਰ ਵੀ ਬਹੁਤ ਸਾਰੀਆਂ ਮੈਡੀਸਿਨਸ ਨੇ, ਜਿਵੇਂ ਫੋਰ ਐਗਜ਼ਾਮਪਲ ਲਕੋਰੀਆ ਦੀ ਪ੍ਰੋਬਲਮ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਕਾਮਨ ਹੈ, ਈਵਨ ਕਿ ਯੰਗ ਗਰਲਸ, ਛੋਟੀਆਂ ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਜਿਹੜੀ ਪ੍ਰੋਬਲਮ ਹੈ ਬਹੁਤ ਜ਼ਿਆਦਾ, ਉਸਦਾ ਵੀ ਆਪਣੇ ਕੋਲ ਬਹੁਤ ਵਧੀਆ ਇਲਾਜ ਹੈਗਾ। ਇਸ ਤੋਂ ਇਲਾਵਾ ਜਿਹੜੀ ਯੂਟਰਾਈਨ ਫਾਈਬਰੋਇਡਸ ਦੀ ਆ, ਜਿਹਨੂੰ ਕਹਿ ਦਿੰਦੇ ਆ ਬੱਚੇ ਦਾਨੀ ਦੇ ਵਿੱਚ ਮਾਸ ਵਾਲੀਆਂ ਰਸੌਲੀਆਂ, ਉਸ ਚੀਜ਼ ਦਾ ਵੀ ਆਪਣੇ ਕੋਲ ਬਹੁਤ ਵਧੀਆ ਇਲਾਜ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਚੀਜ਼ ਦਾ ਕੋਈ ਪਰਫੈਕਟ, ਕੋਈ ਪੱਕਾ ਟਾਈਮ ਨਹੀਂ ਹੈਗਾ ਕਿ ਇਹਨੇ ਇਲਾਜ ਇਹਨੇ ਚੀਜ਼ 'ਚ ਇਹ ਚੀਜ਼ ਸਹੀ ਹੋ ਹੀ ਜਾਊਗੀ। ਕਈਆਂ ਨੂੰ ਤਾਂ ਮਹੀਨੇ 'ਚ ਹੀ ਫਰਕ ਪੈ ਜਾਂਦਾ, ਪਰ ਕਈਆਂ ਨੂੰ 6 ਮਹੀਨੇ ਵੀ ਲੱਗ ਜਾਂਦੇ ਆ, ਠੀਕ ਹੈ 7 ਮਹੀਨੇ ਵੀ ਲੱਗ ਜਾਂਦੇ, ਪਰ ਠੀਕ ਹੋ ਜਾਂਦੀਆਂ ਚੀਜ਼ਾਂ। ਇਹ ਚੀਜ਼ਾਂ ਦਾ ਆਪਰੇਟ ਵੀ ਕਰਵਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ, ਮੈਡੀਸਿਨਾਂ ਦੇ ਇਹਨਾਂ ਦਾ ਹੱਲ ਹੈਗਾ। ਹਾਂ, ਇੱਕ ਹੋਰ ਰੋਗ ਹੁੰਦਾ ਜੋ ਆਫਟਰ, ਜਿਹਨੂੰ ਕਹਿੰਦੇ ਆ ਕਿ ਮਹੀਨਾ ਮਹਾਂਮਾਰੀ ਬੰਦ ਹੋਣ ਤੋਂ ਬਾਅਦ ਜੋ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ, ਬੀਪੀ ਵਧਣਾ, ਸਿਨੋ ਬਾਲ ਚੜਨੀ, ਜਿਹਨੂੰ ਕਹਿ ਦਿੰਦੇ ਆਪਣੀ ਮੈਡੀਕਲ ਲੈਂਗੁਏਜ 'ਚ, ਉਹਨੂੰ ਕਹਿੰਦੇ ਆ ਹੌਟ ਫਲੈਸ਼ਸ, ਉਹਨੂੰ ਦੇਸੀ ਲੈਂਗੁਏਜ 'ਚ ਬੋਲਦੇ ਕਿ ਸਿਨੋ ਬਾਲ ਚੜਨਾ, ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਬੀਪੀ ਬੀਪੀ ਵੱਧ ਜਾਂਦਾ, ਤਰੇਲੀਆਂ ਆਉਣੀਆਂ, ਇਹ ਚੀਜ਼ਾਂ ਸਭ ਜੋ ਪ੍ਰੋਬਲਮਸ ਆਉਂਦੀਆਂ ਨੇ ਆਫਟਰ ਮੈਨੋਪੌਜ਼, ਜੋ ਮਹਾਂਮਾਰੀ ਬੰਦ ਹੋ ਜਾਂਦੀ, ਪੀਰੀਅਡਸ ਬੰਦ ਹੋ ਜਾਂਦੇ ਆ 40-45 ਸਾਲ ਤੋਂ ਬਾਅਦ ਦੀ ਏਜ 'ਚ, ਜਾਂ ਜਿਹਨਾਂ ਨੇ ਆਪਣੀ ਬੱਚੇਦਾਨੀ ਕਢਵਾ ਦਿੱਤੀ ਹੈ ਹਿਸਟੇਰੇਕਟੋਮੀ ਤੋਂ ਬਾਅਦ ਵਿੱਚ, ਇਹ ਜੋ ਪ੍ਰੋਬਲਮਸ ਆਉਂਦੀਆਂ ਨੇ, ਇਹਨਾਂ ਦਾ ਵੀ ਆਪਣੇ ਹੋਮਿਓਪੈਥੀ 'ਚ ਬਹੁਤ ਵਧੀਆ ਇਲਾਜ ਹੈਗਾ। ਕਿੰਨੇ ਜਿਹੜੇ ਪੇਸ਼ੈਂਟ ਤੁਸੀਂ ਇਸ ਤਰ੍ਹਾਂ ਦੇ ਦੇਖਦੇ ਹੋ? ਦੇਖੋ ਕਾਫੀ ਸਾਰੇ, ਜੇ ਮੈਂ ਕਹਾਂ ਕਿ 100 ਦੇ ਵਿੱਚ ਜਿਹੜੇ ਆਪਣੇ ਕੋਲ 90% ਪੀਸੀਓਡੀ ਦੇ ਆ ਜਾਂਦੇ ਕੇਸ, ਹਨ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਜੇ ਆਉਂਦੇ ਯੂਟਰਾਈਨ ਫਾਈਬਰੋਇਡਸ ਦੇ ਹੁੰਦੇ, ਇਹ 2 ਤਰ੍ਹਾਂ ਦੇ ਕੇਸ ਸਭ ਤੋਂ ਜ਼ਿਆਦਾ ਨੇ। ਬਾਕੀ ਲਿਕੋਰੀਆ ਦੇ ਤੇ ਆਜ ਹੌਟ ਫਲੈਸ਼ਸ ਦੇ ਕੇਸ ਤੇ ਅੱਜ ਕੱਲ੍ਹ ਹੌਟ ਫਲੈਸ਼ਸ ਨੂੰ ਕੋਈ ਆਪਣਾ ਡਿਜ਼ੀਜ਼ ਕੋਲ ਕੰਸੀਡਰ ਹੀ ਨਹੀਂ ਕਰਦਾ, ਉਹਨਾਂ ਨੇ ਇਸ ਚੀਜ਼ ਨੂੰ ਅਡੈਪਟ ਹੀ ਕਰ ਲਿਆ, ਜਿਵੇਂ ਉਸ ਚੀਜ਼ ਨੂੰ ਜਿਵੇਂ ਬੰਦਾ ਗਿੱਝ ਜਾਂਦਾ, ਉਹ ਹਾਲ ਹੋਇਆ ਪਿਆ ਅੱਜ ਕੱਲ੍ਹ ਕਿ ਇਸ ਚੀਜ਼ ਨੂੰ ਆਪਾਂ ਕੰਸੀਡਰ ਹੀ ਨਹੀਂ ਕਰਦੇ ਕਿ ਇਹ ਚੀਜ਼ ਕੋਈ ਬਿਮਾਰੀ ਵੀ ਹੈ ਜਾਂ ਇਹਦਾ ਇਲਾਜ ਕਰਾਉਣਾ ਚਾਹੀਦਾ। ਇਸ ਚੀਜ਼ ਬਾਰੇ ਕੋਈ ਅਵੇਅਰਨੈਸ ਜਾਂ ਕਹਿ ਲਓ ਜਾਗਰੂਕਤਾ ਨਹੀਂ ਹੈਗੀ ਆਪਣੇ ਏਰੀਆ ਦੇ ਵਿੱਚ, ਸਾਰਿਆਂ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ। ਇਸ ਚੀਜ਼ ਨੂੰ ਮੰਨਿਆ ਹੀ ਜਾਂਦਾ ਕਿ ਇਹ ਚੀਜ਼ ਨੋਰਮਲ ਆ, ਪਰ ਇਹ ਚੀਜ਼ ਨੋਰਮਲ ਨਹੀਂ ਆ। ਬੀਪੀ ਵਧਣਾ, ਸਿਰ ਨੂੰ ਉਬਾਲ ਚੜਨਾ, ਮਹੀਨਾ ਬੰਦ ਹੋਣ ਤੋਂ ਬਾਅਦ ਤੇ ਤਰੇਲੀਆਂ ਆਉਣਾ, ਇਸ ਚੀਜ਼ ਦਾ ਇਲਾਜ ਹੈ, ਉਹ ਇਲਾਜ ਲੈ ਸਕਦੇ ਆ ਜਿਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ। ਕਈਆਂ ਨੂੰ ਆਉਂਦੀ, ਕਈਆਂ ਨੂੰ ਨਹੀਂ ਆਉਂਦੀ, ਪਰ ਜ਼ਿਆਦਾਤਰ ਅੱਜ ਕੱਲ੍ਹ ਆ ਰਹੀ ਆ। ਤੇ ਫਿਰ ਅਸੀਂ ਖੁਦ ਪੁੱਛਦੇ ਹਾਂ, ਫਿਰ ਪੇਸ਼ੈਂਟ ਦੱਸਦੇ ਆ ਕਿ ਹਾਂਜੀ ਹਾਂਜੀ ਇਹ ਵੀ ਪ੍ਰੋਬਲਮ ਹੈਗੀ ਹੈ ਸਾਨੂੰ, ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਇਹ ਪ੍ਰੋਬਲਮ ਆ, ਇਹ ਨੋਰਮਲ ਨਹੀਂ ਆ। ਕਿਸੇ ਨੇ ਸੰਪਰਕ ਕਰਨਾ ਹੋਵੇ ਤੇ ਡਾਕਟਰ ਸਾਹਿਬ ਦਾ ਨੰਬਰ ਦੇ ਦਿਓ ਤੁਸੀਂ ਆਪਣੇ ਕਲੀਨਿਕ ਦਾ। ਹਾਂਜੀ ਹਾਂਜੀ, ਸਾਡਾ ਕਲੀਨਿਕ ਦਾ ਨੰਬਰ, ਵਟਸਐਪ ਨੰਬਰ ਵੀ ਤੇ ਕਾਲਿੰਗ ਨੰਬਰ ਵੀ ਇਹੀ ਹੈ, 9876848201। ਹਫਤੇ ਦੇ ਵਿੱਚ ਕਿੰਨੇ ਦਿਨ ਕਲੀਨਿਕ ਖੁੱਲਾ ਹੁੰਦਾ? ਕਲੀਨਿਕ ਹਫਤੇ ਦੇ ਵਿੱਚ 6 ਦਿਨ ਖੁੱਲਾ ਹੁੰਦਾ ਹੈ, ਥਰਸਡੇ ਆਫ ਹੁੰਦਾ ਹੈ, ਵੀਰਵਾਰ ਨੂੰ ਕਲੀਨਿਕ ਬੰਦ ਰਹਿੰਦਾ ਹੈ, ਐਤਵਾਰ ਨੂੰ 2 ਵਜੇ ਤੱਕ ਹੀ ਕਲੀਨਿਕ ਓਪਨ ਹੁੰਦਾ। ਬਾਕੀ ਮੈਂ ਡਾਕਟਰ ਪਰਮ, ਮੈਂ ਸਿਰਫ 3 ਦਿਨ ਹੀ ਹੁੰਦੀ ਹਾਂ, ਸੋਮਵਾਰ, ਮੰਗਲਵਾਰ ਤੇ ਬੁੱਧਵਾਰ, 10 ਵਜੇ ਤੋਂ ਲੈ ਕੇ 2 ਵਜੇ ਤੱਕ। ਡਾਕਟਰ ਨਰੈਣ ਸਾਰਾ ਦਿਨ ਹੁੰਦੇ ਨੇ, 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਕਲੀਨਿਕ ਆਪਣਾ ਵਲਟੂਹਾ ਮੇਨ ਬਾਜ਼ਾਰ ਅੱਡਾ ਵਲਟੂਹੇ ਦੇ ਵਿੱਚ, ਅਮਰਕੋਟ ਰੋਡ ਨੂੰ ਜਾਂਦੇ ਆ, ਰਾਈਟ ਹੈਂਡ ਸਾਈਡ ਸੱਜੇ ਪਾਸੇ ਆਉਂਦਾ ਹੈ, ਡਿਸਟ੍ਰਿਕਟ ਤਰਨ ਤਾਰਨ।